ਸਾਥੀਓ ਜੈ ਭੀਮ ਜੈ ਭਾਰਤ। ਮੈਂ ਨਰੇਸ਼ ਵਸਰਾ, ਹਲਕਾ ਇੰਚਾਰਜ ਪੂਰਬੀ ਬਹੁਜਨ ਸਮਾਜ ਪਾਰਟੀ ਲੁਧਿਆਣਾ। ਆਪ ਸਭ ਨੂੰ ਸਾਹਿਬ ਸ਼੍ਰੀ ਕੰਸ਼ੀ ਰਾਮ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਾਹਿਬ ਸ਼੍ਰੀ ਕੰਸ਼ੀ ਰਾਮ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੇ ਲਈ ਅਪੀਲ ਕਰਦਾ, ਕਿਉਂਕਿ ਸਾਹਿਬ ਸ਼੍ਰੀ ਕੰਸ਼ੀ ਰਾਮ ਬਹੁਜਨ ਨਾਇਕ ਜਿਹੜੇ ਇਸ ਦੇਸ਼ ਦੇ ਅੰਦਰ ਪੈਦਾ ਹੋਏ ਔਰ ਉਹਨਾਂ ਨੇ ਬਾਮਸੇਫ DS4 ਔਰ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਔਰ ਇਸ ਦੇਸ਼ ਦੇ ਮੂਲ ਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਨੂੰ ਇਹ ਦੱਸਿਆ ਕਿ ਤੁਹਾਡੇ ਹੱਕ ਤੇ ਅਧਿਕਾਰ ਜਿਹੜੇ ਆ ਇਸ ਦੇਸ਼ ਦੇ ਅੰਦਰ ਉਹ ਮਾਰੇ ਜਾ ਰਹੇ ਆ ਔਰ ਤੁਸੀਂ ਵੀ ਜਿਹੜੇ ਆ ਇਸ ਦੇਸ਼ ਦੀ ਸੱਤਾ ਦੇ ਉੱਤੇ ਕਾਬਜ਼ ਹੋ ਸਕਦੇ ਹੋ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਜਿਹੜਾ ਆ ਉਹ ਤੁਹਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਹੈ ਔਰ ਉਸ ਅਧਿਕਾਰ ਦੇ ਜ਼ਰੀਏ ਤੁਸੀਂ ਇਸ ਦੇਸ਼ ਦੀ ਸ਼ਾਸਨ ਸੱਤਾ ਤੇ ਕਾਇਮ ਕਾਮਯਾਬ ਹੋ ਕੇ ਉੱਤੇ ਕਬਜ਼ਾ ਕਰਕੇ ਤੁਸੀਂ ਆਪਣੇ ਦੁੱਖਾਂ ਦਾ ਜਿਹੜਾ ਆ ਉਹ ਅੰਤ ਕਰ ਸਕਦੇ ਹੋ। ਔਰ ਸਾਹਿਬ ਸ਼੍ਰੀ ਕੰਸ਼ੀ ਰਾਮ ਦੀ ਜਿਹੜੀ ਉਹ ਮੂਵਮੈਂਟ ਆ ਅੱਜ ਪੂਰੇ ਵਿਸ਼ਵ ਦੇ ਅੰਦਰ ਚੱਲ ਰਹੀ ਆ ਤੇ ਜਿੱਥੇ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਅੱਜ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਅੱਜ ਉਹ ਜਿਹੜੀ ਬਾਬਾ ਸਾਹਿਬ ਅੰਬੇਡਕਰ ਦੀ ਮੂਵਮੈਂਟ ਆ ਜਾਂ ਸਾਹਿਬ ਸ਼੍ਰੀ ਕੰਸ਼ੀ ਰਾਮ ਦੀ ਮੂਵਮੈਂਟ ਆ ਉਹਨੂੰ ਬਲ ਮਿਲ ਰਿਹਾ, ਲੇਕਿਨ ਹਲੇ ਅਸੀਂ ਉਹਨਾਂ ਬੁਲੰਦੀਆਂ ਨੂੰ ਸ਼ੋਅ ਨਹੀਂ ਪਾ ਰਹੇ। ਅੱਜ ਪੂਰੇ ਦੇਸ਼ ਦੇ ਅੰਦਰ ਜੋ ਮਾਹੌਲ ਹੈ ਉਹ ਬ੍ਰਾਹਮਣਵਾਦੀ ਤਾਕਤਾਂ ਜਿਹੜੀਆਂ ਉਹ ਮਜ਼ਬੂਤ ਹੁੰਦੀਆਂ ਜਾ ਰਹੀਆਂ ਔਰ ਸਾਨੂੰ ਇਹਨਾਂ ਦੇ ਉੱਤੇ ਚਿੰਤਨ ਕਰਨਾ ਚਾਹੀਦਾ ਹੈ ਔਰ ਸਾਹਿਬ ਸ਼੍ਰੀ ਕੰਸ਼ੀ ਰਾਮ ਦੇ ਜਿਹੜੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਦਿਨ ਰਾਤ ਇੱਕ ਕਰਨ ਦੀ ਜਿਹੜੀ ਹੈ ਉਹ ਜ਼ਰੂਰਤ ਹੈ, ਕਿਉਂਕਿ ਅੱਜ ਦੇਸ਼ ਦੇ ਅੰਦਰ ਇਸ ਦੇਸ਼ ਦਾ ਘੱਟ ਗਿਣਤੀ ਧਾਰਮਿਕ ਘੱਟ ਗਿਣਤੀ ਲੋਕ ਔਰ ਮੂਲ ਨਿਵਾਸੀ ਬਹੁਜਨ ਸਮਾਜ ਦੇ ਲੋਕ ਜਿਹੜੇ ਆ ਉਹ ਸੁਰੱਖਿਅਤ ਨਹੀਂ ਹੈ ਔਰ ਉਹਨਾਂ ਦੀ ਜਿਹੜੀ ਤਾਕਤ ਹੈ ਇਹਨਾਂ ਲੋਕਾਂ ਦੀ ਉਹ ਇਸ ਦੇਸ਼ ਦਾ ਸੰਵਿਧਾਨ ਹੈ ਔਰ ਉਸ ਸੰਵਿਧਾਨ ਨੂੰ ਵੀ ਅੱਜ ਬਦਲਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਅਗਰ ਇਸ ਦੇਸ਼ ਦਾ ਸੰਵਿਧਾਨ ਬਦਲਿਆ ਜਾਂਦਾ ਹੈ ਤਾਂ ਸਾਨੂੰ ਸਿੱਧੇ ਤੌਰ 'ਤੇ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਹੱਕ ਅਤੇ ਹਕੂਕ ਹੈ ਉਹ ਸੁਰੱਖਿਅਤ ਨਹੀਂ ਹੈ। ਉਸਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਜਿਹੜਾ ਆਪਣੀ ਵੋਟ ਦਾ ਜਿਹੜਾ ਸਹੀ ਇਸਤੇਮਾਲ ਨਹੀਂ ਕੀਤਾ ਔਰ ਅਸੀਂ ਦੁਸ਼ਮਣ ਨੂੰ ਜਿਹੜੀ ਹੈ ਉਹ ਵੋਟ ਦੇ ਕੇ ਉਹਨੂੰ ਤਾਕਤ ਦਿੱਤੀ ਔਰ ਉਹਦੇ ਹੱਥ ਦੇ ਵਿੱਚ ਲਾਠੀ ਫੜਾਈ ਹੈ ਕਿ ਤੁਸੀਂ ਸਾਨੂੰ ਮਾਰੋ। ਲੇਕਿਨ ਜੇ ਅਸੀਂ ਇਸੇ ਤਰ੍ਹਾਂ ਆਪਣੀ ਵੋਟ ਨੂੰ ਆਪਣੇ ਹੱਕ ਦੇ ਵਿੱਚ ਨਾ ਵਰਤਿਆ ਤਾਂ ਜਿਹੜਾ ਆਉਣ ਵਾਲਾ ਸਮਾਂ ਆ ਉਹ ਜਿਹੜਾ ਆ ਸਾਨੂੰ ਫਿਰ ਉਹੀ 500-700 ਸਾਲ ਜਿਸ ਤਰ੍ਹਾਂ ਸਾਡੇ ਪਹਿਲਾਂ ਜਿਸ ਤਰ੍ਹਾਂ ਸਾਡੇ ਸਮਾਜ ਦੇ ਨਾਲ ਧੱਕਾ ਹੁੰਦਾ ਸੀਗਾ, ਸਾਡੇ ਜਿਹੜਾ ਪਿੱਛੇ ਝਾੜੂ ਬੰਨਿਆ ਜਾਂਦਾ ਸੀਗਾ ਅਤੇ ਅੱਗੇ ਜਿਹੜਾ ਕੁੱਜਾ ਬੰਨਿਆ ਜਾਂਦਾ ਸੀਗਾ ਅਤੇ ਅੱਜ ਉਸੇ ਚੀਜ਼ ਦੇ ਵੱਲ ਨੂੰ ਅਸੀਂ ਮੁੜਦੇ ਜਾ ਰਹੇ ਹਾਂ ਔਰ ਅੱਜ ਸਾਨੂੰ ਜਿਹੜਾ ਆ ਉਹ ਆਪਣੇ ਮਹਾਂਪੁਰਸ਼ਾਂ ਦੀ ਜਿਹੜੀ ਵਿਚਾਰਧਾਰਾ ਆ ਉਸਨੂੰ ਜਿਹੜਾ ਜਨ ਜਨ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਆ ਉਹਨੂੰ ਦਿਨ ਰਾਤ ਕਰਦੇ ਰਹਿਣਾ ਚਾਹੀਦਾ, ਕਿਉਂਕਿ ਅਸੀਂ ਪੰਜਾਬ ਦੇ ਅੰਦਰ ਦੇਖੀਏ ਪਿਛਲੇ ਇੱਕ ਸਾਲ ਤੋਂ ਜਿਹੜੀ ਗੌਰਮੈਂਟ ਹੈ ਕਾਂਗਰਸ ਦੀ ਗੌਰਮੈਂਟ ਬਣੀ ਹੈ ਉਹਨੇ ਵੀ ਜਿਹੜਾ ਆ ਦਲਿਤਾਂ ਦੇ ਹੱਕ ਜਾਂ ਮੂਲ ਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲਿਆ। 800 ਸਕੂਲ ਬੰਦ ਕਰ ਦਿੱਤੇ ਗਏ ਜਿਸ ਦੇ ਵਿੱਚ ਸਾਡੇ ਗਰੀਬ ਗੁਰਬੇ ਲੋਕਾਂ ਦੇ ਜਿਹੜੇ ਆ ਉਹ ਬੱਚੇ ਪੜ੍ਹਦੇ ਸੀਗੇ ਔਰ ਰੁਜ਼ਗਾਰ ਦਾ ਵਾਅਦਾ ਕੀਤਾ ਗਿਆ ਕਿਸੇ ਵੀ ਨੌਜਵਾਨ ਨੂੰ ਜਿਹੜਾ ਹੈ ਰੁਜ਼ਗਾਰ ਜਿਹੜਾ ਆ ਉਹ ਦਿਵਾਉਣ ਦੇ ਵਿੱਚ ਇਹ ਜਿਹੜੀ ਸਰਕਾਰ ਆ ਉਹ ਫੇਲ ਸਾਬਤ ਹੋਈ ਹੈ ਔਰ ਜਿਹੜਾ ਨਸ਼ਾ ਆ ਉਹ ਆਮ ਲੋਕਾਂ ਦੇ ਘਰਾਂ ਤੱਕ ਜਿਹੜਾ ਆ ਅੱਜ ਪਹੁੰਚਣਾ ਆਸਾਨੀ ਨਾਲ ਪਹੁੰਚਦਾ ਆ ਜਿਹਦੇ ਨਾਲ ਜਿਹੜਾ ਸਾਡਾ ਨੌਜਵਾਨ ਆ ਉਹ
ਅੱਜ ਗਲਤ ਰਸਤੇ ਦੇ ਵੱਲ ਵੱਧਦਾ ਜਾ ਰਿਹਾ ਤੇ ਇਹ ਸਾਰੀਆਂ ਚਿੰਤਾਵਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਦੇਖਦੇ ਹੋਏ ਸਾਨੂੰ ਬਹੁਜਨ ਸਮਾਜ ਪਾਰਟੀ ਨੂੰ ਜਿਹੜਾ ਆ ਉਹ ਕਾਮਯਾਬ ਕਰਨਾ ਚਾਹੀਦਾ ਔਰ ਆਪਣਾ ਇੱਕ ਇੱਕ ਕੀਮਤੀ ਵੋਟ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਦੀ ਜਿਹੜੀ ਹੈ ਉਹ ਮੁਹਿੰਮ ਹੈ ਜਿਹੜੀ ਉਹ ਛੇੜਨੀ ਚਾਹੀਦੀ ਹੈ। ਕੱਲ ਨੂੰ ਜਿਹੜਾ ਹੈਗਾ 15 ਤਰੀਕ ਨੂੰ ਜਿਹੜੀ ਇੱਕ ਮਹਾਰੈਲੀ ਚੰਡੀਗੜ੍ਹ ਵਿਖੇ 25 ਸੈਕਟਰ ਦੇ ਵਿੱਚ ਰੱਖੀ ਗਈ ਹੈ ਜਿੱਥੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਭੈਣ ਕੁਮਾਰੀ ਮਾਇਆਵਤੀ ਜੀ ਆ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਉਸ ਰੈਲੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਔਰ ਉਹਨਾਂ ਦੇ ਵਿਚਾਰ ਸੁਣਨੇ ਚਾਹੀਦੇ ਆ ਔਰ ਉਹਨਾਂ ਦੇ ਵਿਚਾਰ ਨੂੰ ਜਿਹੜਾ ਸੁਣ ਕੇ ਔਰ ਉਹਨਾਂ ਨੂੰ ਅਮਨ 'ਚ ਲਿਆਉਣ ਦਾ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਸਾਹਿਬ ਸ਼੍ਰੀ ਕਾਂਸ਼ੀਰਾਮ ਔਰ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਦਾ ਜਿਹੜਾ ਰਾਜ ਹੈ ਉਹਨੂੰ ਜਿਹੜਾ ਇਸ ਦੇਸ਼ ਦੇ ਅੰਦਰ ਇਸ ਸੂਬੇ ਦੇ ਅੰਦਰ ਲਿਆ ਸਕੀਏ। ਜੈ ਭੀਮ ਜੈ ਭਾਰਤ।